ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਅਧਿਕਾਰੀਆਂ ਨਾਲ ਐਫ ਐਂਡ ਸੀ ਸੀ ਦੀ ਮੀਟਿੰਗ ਕੀਤੀ ਗਈ ਅਤੇ ਗੁਰੂ ਨਗਰੀ ਦੇ ਵਿਕਾਸ ਕੰਮਾਂ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਲਈ ਕਈ ਅਹਿਮ ਫੈਸਲੇ ਲਏ ਗਏ। ਇਸ ਮੌਕੇ ਸ਼੍ਰੀ ਮੇਅਰ ਨੇ ਆਖਿਆ ਕਿ ਸ਼ਹਿਰ ਦੇ ਵਿਕਾਸ ਲਈ ਉਹ ਵਚਨਬੱਧ ਹਨ ਅਤੇ ਸ਼ਹਿਰ ਦੇ ਵਿੱਚ ਚੱਲ ਰਹੇ ਹਰ ਵਿਕਾਸ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਏਗਾ। ਇਸ ਮੌਕੇ ਐਸ ਈ ਅਨੁਰਾਗ ਮਹਾਜਨ ਸਮੇਤ ਵੱਡੀ ਗਿਣਤੀ ਵਿੱਚ ਅਧਿਕਾਰੀ ਮੌਜੂਦ ਸਨ। ਉਹਦੇ ਚ ਦੇਖੋ ਸਾਡੇ ਅੱਜ ਕੁਝ ਜਿਆਦੇ ਸਿਵਲ ਦੇ ਸੀ ਕੁਝ ਟਿਊਬਲਾਂ ਦੇ ਕੰਮ ਸੀ ਉਹ ਸਾਰੇ ਆਏ ਨੇ ਔਰ ਪਾਸ ਕਰ ਦਿੱਤੇ ਗਏ ਨੇ ਔਰ ਇੱਕ ਦੋ ਕੇਸ ਸੀਗੇ ਜਿਨ੍ਹਾਂ ਦੇ ਉੱਤੇ 네ਗੋਸ਼ੀਏਸ਼ਨ ਕਰਨ ਵਾਸਤੇ ਕਿਹਾ ਗਿਆ ਕਿ ਠੇਕੇਦਾਰਾਂ ਨੇ ਬਹੁਤ ਘੱਟ ਸੇਵਿੰਗ ਪਾਈ ਸੀ ਸੋ ਸਾਡਾ ਮੇਨ ਮਕਸਦ ਇਹ ਸੀਗਾ ਕਿ ਇਲੈਕਸ਼ਨ ਕੋਡ ਕਿਸੇ ਵੇਲੇ ਵੀ ਲੱਗ ਸਕਦਾ ਉਸ ਤੋਂ ਪਹਿਲਾਂ ਜਿੰਨੇ ਵੀ ਕੰਮ ਡਿਵੈਲਪਮੈਂਟ ਦੇ ਹੋਣ ਵਾਲੇ ਅਸੀਂ ਉਹਨਾਂ ਨੂੰ ਕਰ دیے ਸੋ ਅੱਜ ਉਸੇ ਸਿਲਸਲੇ ਦੇ ਵਿੱਚ ਜਿਹੜੀ ਅੱਜ ਮੀਟਿੰਗ ਕੀਤੀ ਗਈ ਦੇ ਵਿੱਚ ਜਿਹੜੇ ਸਾਡੇ ਸ਼ਹਿਰ ਦੇ ਵਿਕਾਸ ਕਾਰਜ ਸੀ ਜਿਹੜੇ ਟੈਂਡਰ ਖੁੱਲੇ ਹੋਏ ਨੇ ਉਹ ਸਾਰੇ ਜਿਹੜੇ ਉਹਨਾਂ ਨੂੰ ਅਸੀਂ ਅਪਰੂਵ ਕੀਤਾ ਇਹਦੇ ਵਿੱਚ ਤੇ ਇਹਦੇ ਵਿੱਚ ਕਿਉਂਕਿ ਛੇਤੀ ਹੀ ਕੋਡ ਅਪਰੋਵਲ ਲੱਗਣ ਦੀ ਸੰਭਾਵਨਾ ਹੈ ਇਸ ਕਰਕੇ ਜਿਹੜੇ ਕੰਮ ਹੈ ਉਹ ਛੇਤੀ ਤੋਂ ਛੇਤੀ ਸੀ ਸ਼ੁਰੂ ਕਰਨੇ ਆ ਤਾਂ ਕਿ ਡਿਵੈਲਪਮੈਂਟ ਦੇ ਕੰਮਾਂ 'ਤੇ ਕੋਈ ਖਰੋਤ ਨਾ ਆਵੇ ਇਹ ਅੱਜ ਅਸੀਂ ਐਫਐਨਸੀ ਜੀ